ਐਮਰਜੈਂਸੀ ਹੈ ਮੇਰੇ ਮਤਲਬ ਹਸਪਤਾਲ ਚ ਨੇ। ਲੁਧਿਆਣਾ ਦੇ ਲਾਡੋਵਾਲ ਥਾਣੇ ਦੇ ਸਾਹਮਣੇ PRTC ਦੀ ਬੱਸ ਤੇ ਕਾਰ ਚਾਲਕ ਦੇ ਵਿਚਾਲੇ ਹੋਈ ਬਹਿਸਬਾਜ਼ੀ ਤੋਂ ਬਾਅਦ PRTC ਦੇ ਬੱਸ ਚਾਲਕਾਂ ਨੇ ਚੌਂਕ ਨੂੰ ਜਾਮ ਕਰ ਦਿੱਤਾ ਅਤੇ ਹਾਈਵੇ ਦੇ ਦੋਨਾਂ ਪਾਸਿਓਂ ਉਹਨਾਂ ਬੱਸਾਂ ਲਗਾ ਕੇ ਜਨਤਾ ਨੂੰ ਪਰੇਸ਼ਾਨ ਕੀਤਾ ਹੈ। ਇੱਥੇ ਦੱਸ ਦਈਏ ਕਿ ਕਈ ਕਿਲੋਮੀਟਰ ਤੱਕ ਜਿੱਥੇ ਲੰਮਾ ਜਾਮ ਲੱਗਾ ਤਾਂ ਉੱਥੇ ਹੀ PRTC ਦੇ ਮੁਲਾਜ਼ਮ ਲੋਕਾਂ ਅਤੇ ਵੀਡੀਓ ਬਣਾਉਣ ਵਾਲੇ ਪੱਤਰਕਾਰਾਂ ਨਾਲ ਵੀ ਉਲਝਦੇ ਹੋਏ ਨਜ਼ਰ ਆਏ। ਹਾਲਾਂਕਿ ਇਸ ਗੁੰਡਾਗਰਦੀ ਨੂੰ ਦੇਖ ਲੋਕਾਂ ਨੇ ਉਹਨਾਂ ਨੂੰ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਅਤੇ ਇਸ ਦੇ ਵਿਚਾਲੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਸਥਿਤੀ ਨੂੰ ਸੰਭਾਲਦੇ ਹੋਏ ਸ਼ਾਂਤ ਕਰਵਾਇਆ। ਇਸ ਦੌਰਾਨ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਉੱਧਰ ਪਰੇਸ਼ਾਨ ਹੋ ਰਹੇ ਲੋਕਾਂ ਨੇ ਕਿਹਾ ਕਿ ਬੱਸ ਚਾਲਕਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਆਪਣੇ ਕੰਮਾਂ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਉਹਨਾਂ ਨੇ ਜ਼ਰੂਰੀ ਕੰਮ ਦੇ ਲਈ ਜਾਣਾ ਸੀ ਪਰ ਬੱਸ ਚਾਲਕਾਂ ਨੇ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਆਪਣੀ ਏਕਤਾ ਦਿਖਾਉਂਦੇ ਹੋਏ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉੱਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮੌਕੇ 'ਤੇ ਪਹੁੰਚੇ ਨੇ ਅਤੇ ਦੋਵਾਂ ਹੀ ਧਿਰਾਂ ਨੂੰ ਸਮਝਾਇਆ ਗਿਆ ਹੈ ਅਤੇ ਲੱਗੇ ਜਾਮ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ। ਲੜਾਈ ਹੋ ਗਈ ਵੀਰ ਜੀ, ਇਹ ਤੇ ਨੀ ਸਮਝ ਆਈ ਕਿ ਹੋਇਆ ਕੀ ਹੈ, ਪਰ ਜਨਤਾ ਤੇ ਖਰਾਬ ਹੋ ਰਹੀ ਹੈ। ਜਲੰਧਰ ਤੋਂ ਆ ਰਹੇ ਹਾਂ, ਜਾ ਰਹੇ ਹਾਂ, ਬਸ ਪਹੁੰਚ ਨਹੀਂ ਪਾ ਰਹੇ, ਬਹੁਤ ਜ਼ਿਆਦਾ ਖੱਜਲ। ਮੈਂ ਤਾਂ ਹੀ ਨਿਕਲ ਕੇ ਪਾ ਰਿਹਾ, ਮੈਂ ਦੇਖੀ ਕੀ ਹੈ ਕੀ ਨਹੀਂ। ਇਹ ਤਾਂ ਨਜਾਇਜ਼ ਗਲਤ ਹੈ, ਇਹ ਸਹੀ ਨਹੀਂ ਹੈਗਾ, ਇਹ ਬਹੁਤ ਗਲਤ ਹੈ। ਗੁੰਡਾਗਰਦੀ ਹੈ ਭਾਜੀ, ਸਾਫ ਗੁੰਡਾਗਰਦੀ ਹੈ, ਰੋਡ ਕਲੋਸ ਜਾਮ ਕਰ ਰੱਖੇ ਨੇ, ਉਹ ਗਲਤ ਹੀ ਹੈ। ਸਹੀ ਪਰੇਸ਼ਾਨੀ ਉਦੋਂ ਆਮ ਪਬਲਿਕ ਪਰੇਸ਼ਾਨ ਨਹੀਂ ਹੁੰਦੀ, ਅਸੀਂ 24 ਘੰਟੇ ਰੋਡਾਂ ਤੇ ਡਿਊਟੀ ਕਰਦੇ ਹਾਂ, ਕੋਈ ਮੋਟਰਸਾਈਕਲ ਵਾਲਾ ਕੋਈ ਸਾਡੇ ਅੱਗੇ ਯਾਰ ਗੱਡੀ ਲਾ ਕੇ ਬਦਮਾਸ਼ੀ ਕਰਦਾ ਕੀ ਸਾਡੀ ਜ਼ਿੰਦਗੀ ਨਹੀਂ, ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਹਾਂ, ਕੀ ਗੱਲ ਸਾਨੂੰ ਮੌਤ ਦਾ ਡਰ ਨਹੀਂਗਾ। ਹਮੇਸ਼ਾ ਵੱਡੀ ਗੱਡੀ ਵਾਲਾ ਕਦੀ ਗਲਤ ਨਹੀਂ ਹੁੰਦਾ, ਜੇ ਕੋਈ ਥੱਲੋਂ ਦੀ ਕ੍ਰੋਸ ਕਰ ਰਿਹਾ ਸਾਡੀ ਗਲਤੀ ਥੋੜੀ ਆ। ਜਸ਼ਨਦੀਪ ਸਿੰਘ ਕਿਹੜੀ ਬੱਸ ਲਾਉਂਦੇ ਹੋ? PRTC ਭਾਜੀ। PRTC ਕਿਹਦੇ ਵਿੱਚ ਵੱਜੀ ਆ ਤੁਹਾਡੀ ਬੱਸ? ਵੱਜੀ ਕਿਸੇ ਦੇ ਵਿੱਚ ਨਹੀਂਗੀ, ਸਿਰਫ ਇਹਨਾਂ ਦੀ ਗੱਡੀ ਥੱਲੇ ਆ ਰਹੀ ਸੀਗੀ, ਜਿਹਦੇ ਕਰਕੇ ਇਹਨਾਂ ਨੇ ਸਾਡੀ ਗੱਡੀ ਰੁਕਾਈ ਇੱਥੇ ਆ ਕੇ, ਜਿਹਦੇ ਕਰਕੇ ਕਹਿੰਦੇ ਤੁਹਾਡੇ ਤੇ ਪਰਚਾ ਆਊਗਾ, ਗੱਡੀ ਲੱਗੀ ਨਹੀਂ ਜਮਾ, ਨਾ ਟੱਕਰ ਹੋਈ ਕਿਸੇ ਦੀ, ਸਿਰਫ ਦੋਵਾਂ ਦਾ ਬਚਾਅ ਆ। ਇੱਥੇ ਅਸੀਂ ਖੜੇ ਲਾਡੋਵਾਲ ਜਮਾ, ਤੁਸੀਂ ਰੋਡ ਜਾਮ ਕੀਤਾ ਹੋਇਆ ਬੱਸਾਂ ਟੇਡੀਆਂ ਕਰਕੇ? ਹਾਂ ਅਸੀਂ ਕੀਤਾ ਹੋਇਆ, ਪਰ ਇਹਨਾਂ ਦੀ ਗਲਤੀ ਕਰਕੇ ਇਹਨਾਂ ਨੇ ਗੱਡੀਆਂ ਲਵਾਈਆਂ। ਰੋਡ ਜਾਮ ਕਰਨਾ, ਲੋਕ ਖਰਾਬ ਹੋ ਰਹੇ, ਕਿਤੇ ਨਾ ਕਿਤੇ ਥਾਣੇ ਕੰਪਲੇਂਟ ਦੋ। ਥਾਣੇ ਕੰਪਲੇਂਟ ਹੋਈ ਵੀ ਆ, ਇਹ ਫਿਰ ਵੀ ਇਹ ਕਹਿੰਦੇ ਆ ਵੀ ਤੁਸੀਂ ਗੱਡੀ ਲਓ, ਕੋਈ ਗੱਲ ਨਹੀਂ, ਜਿਹੜੀ ਗੱਲ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਸ਼ਰਿਆ, ਹੱਥੋਂ ਪਾਈ ਕੋਈ ਨਹੀਂ ਹੋਈ, ਹੱਥੋਂ ਪਾਈ ਨਹੀਂ ਕੋਈ, ਇਹ ਪ੍ਰੈਸ ਰਿਪੋਰਟਰ ਵਾਲੇ ਆ, ਪ੍ਰੈਸ ਰਿਪੋਰਟਰ ਵਾਲੇ ਆ, ਅੰਦਰ ਸਵਾਰੀਆਂ ਦੀ ਗਵਾਹੀ ਲਓ। ਗੱਡੀ ਗਲਤ ਚਲਾਉਗਾ,
ਅਸੀਂ ਥਾਣੇ ਐਸ ਐਚ ਓ ਸਾਹਿਬ ਦੇ ਨੌਲੇਜ ਲਿਆਂਦੀ ਆ ਗੱਲ। ਕੰਪਲੇਂਟ ਦੇ ਰਹੇ ਹੋ? ਕੰਪਲੇਂਟ ਹੁਣ ਦਵਾਂਗੇ ਜੇ ਕੋਈ ਨਹੀਂ ਨਿਬੜਦਾ ਇੱਥੇ ਦਾ ਜੀ।